विधानसभा हलका खेमकरन के अधीन पैंदे कस्बा भिखीविंड की तहसील दे विच नवें नियुक्त होए तहसीलदारां दीआं नीतियां नूं लै के जमहूरी किसान सभा ते देहाती मजदूर सभा ने तहसील दे विच अपना विरोध जाहर करदे होए कहा कि जो सरकार ने नवां तहसीलदार इस भिखीविंड तहसील नूं दित्ता है ओह तहसीलदार अगे भी इस तहसील विच रह चुका है अते उस दे पहले कार्यकाल दौरान लोकां नूं भारी मुश्किलां दा सामना करना पैंदा सी। कई कई दिन तहसील विच धक्के खाने पैंदे सन जिस करके लोकां ने पहलां भी इस दा विरोध कीता सी ਤੇ ਇਸ ਦੀ ਬਦਲੀ ਕਰਵਾਈ ਸੀ। ਉਹਨਾਂ ਦਾ ਕਹਿਣਾ ਹੈ ਕਿ ਮੁੜਾ ਹੀ ਤਹਿਸੀਲਦਾਰ ਲਗਾ ਦਿੱਤਾ ਗਿਆ ਜਿਸ ਦੇ ਚਲਦੇ ਉਹ ਵਿਰੋਧ ਕਰ ਰਹੇ ਨੇ। ਜ਼ਿਕਰਯੋਗ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਸ ਤਹਿਸੀਲਦਾਰ ਨੂੰ ਇੱਥੋਂ ਬਦਲਿਆ ਨਹੀਂ ਜਾਂਦਾ। ਅੱਜ ਦੀ ਆਵਾਜ਼ ਦੇ ਲਈ ਖਡੂਰ ਸਾਹਿਬ ਤੋਂ ਸੁਖਦੇਵ ਰਾਜ ਦੀ ਰਿਪੋਰਟ। ਅਬ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਚੱਲੇ ਆਂ ਜੀ, ਉਹ ਸਾਰਾ ਕੀ ਮਸਲਾ ਹੈਗਾ ਜੀ? ਮੈਂ ਜਗਜੀਤ ਸਿੰਘ ਦਿਆਲਪੁਰਾ ਜ਼ਿਲ੍ਹਾ ਪ੍ਰਧਾਨ। ਮਾਨ ਸਾਹਿਬ ਜਿਹੜਾ ਸੀਐਮ ਆ ਉਹ ਕਹਿੰਦਾ ਵੀ ਕਰਪਸ਼ਨ ਦੇ ਪ੍ਰਤੀ ਜ਼ੀਰੋ ਟਾਲਰੈਂਸ ਰੱਖੀ ਜਾਊਗੀ। ਜੋ ਵਸੀਕਾ ਨਵੀਸ ਮੇਰੇ ਮਿੱਤਰ ਦੱਸਦੇ ਆ ਕਿ ਇਹ ਤਹਿਸੀਲਦਾਰ ਦਾ ਕਿਰਦਾਰ ਠੀਕ ਨਹੀਂ ਗਾ, ਇਹ ਉਹਨਾਂ ਲੋਕਾਂ ਨੂੰ ਬੜੇ ਪਰੇਸ਼ਾਨ ਕਰਦੇ ਜਿਹੜੇ ਲੈਣ ਦੇਣ ਨਹੀਂ ਕਰਦੇ, ਵਸੀਕਾ ਨਵੀਸ ਕਹਿ ਰਹੇ ਆ। ਅਤੇ ਜੇ ਉਹਨਾਂ ਨੇ ਇਸ ਤਰ੍ਹਾਂ ਇੱਥੇ ਇਹੋ ਜਿਹੇ ਉਸ ਬੰਦੇ ਨੂੰ ਭੇਜਿਆ ਅਤੇ ਇਹ ਪਹਿਲੇ ਤਜਰਬੇ ਦੇ ਆਧਾਰ 'ਤੇ ਕਹਿੰਦੇ ਆ ਕਿ ਅਸੀਂ ਇਹਨੂੰ ਸਹਿਣ ਨਹੀਂ ਕਰਾਂਗੇ, ਮੰਗ ਕਰਦੇ ਹਾਂ ਸਰਕਾਰ ਤੋਂ ਕਿ ਉਹਨੂੰ ਇੱਥੇ ਜੁਆਇਨ ਨਾ ਕਰਵਾਇਆ ਜਾਵੇ, ਉਹਨੂੰ ਇਸ ਸੁਭਾਅ ਦੇ ਬੰਦੇ ਨੂੰ ਮੁੱਖ ਮੰਤਰੀ ਮਾਨ ਆਪਦੇ ਦਫ਼ਤਰ ਉੱਥੇ ਲੈ ਚੱਲੇ, ਉੱਥੇ ਕੋਈ ਡਿਊਟੀ ਦੇ ਛੱਡੇ ਅਤੇ ਜ਼ੀਰੋ ਟਾਲਰੈਂਸ ਕਰਪਸ਼ਨ ਦੀ ਤਾਂ ਹੀ ਮੰਨਾਂਗੇ ਸੱਚ ਆ ਵਰਨਾ ਝੂਠ ਮੰਨ ਕੇ। ਇਹਨਾਂ ਦੇ ਵਸੀਕਾ ਨੂੰ ਸਾਲੋਂ ਜਿਹੜਾ ਵੀ ਘੋਲ ਵਧਿਆ ਗਿਆ ਉਹਦੀ ਜਿੰਮੇ ਰੱਖ ਇਲਾਕੇ ਨਿਵਾਸੀਆਂ ਦੀ ਗੱਲ ਕਰ ਰਹੇ। ਚਲੋ ਠੀਕ ਹੋ ਜੇ ਦਰਖਾਸਤ ਦੇਣ ਚੱਲੇ ਤੁਸੀਂ ਆਪਣੀ ਡੀ ਸੀ ਸਾਹਿਬ ਕੋਲ ਕੀ ਹੈਗੀ? ਮੈਂ ਚਮਨ ਲਾਲ ਦਰਾਜ ਕੇ ਜਿਹੜਾ ਦਿਹਾਤੀ ਮਜ਼ਦੂਰ ਸਭਾ ਦਾ ਜ਼ਿਲ੍ਹੇ ਦਾ ਜਨਰਲ ਸੈਕਟਰੀ ਹਾਂ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਅਸੀਂ ਇਹ ਮੰਗ ਕਰਦੇ ਹਾਂ ਡੀ ਸੀ ਤਰਨ ਤਾਰਨ ਨੂੰ ਕਿ ਜਿਹੜੀ ਸਾਡੀ ਡਿਵੀਜ਼ਨ ਆ ਜਿਹਦੇ 'ਤੇ ਤਹਿਸੀਲਦਾਰ ਦੀ ਪੋਸਟ ਆ ਉਹਨਾਂ ਦੀ ਟ੍ਰਾਂਸਫਰ ਹੋਈ ਹੈ ਪਹਿਲੇ ਤਹਿਸੀਲਦਾਰ ਦੀ, ਉਹਨਾਂ ਦੀ ਜਗ੍ਹਾ ਸਰਦਾਰ ਲਖਵਿੰਦਰ ਸਿੰਘ ਤਹਿਸੀਲਦਾਰ ਜਿੱਥੇ ਭਿੱਖੀਵੰਡ ਉਹਨਾਂ ਦੀ ਪੋਸਟ ਹੋਈ ਆ, ਉਹਨਾਂ ਉਹ ਪਹਿਲਾਂ ਵੀ ਤਿੰਨ ਦਫ਼ਾ ਇੱਥੇ ਰਹੇ ਆ ਜਿਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਸੀ। ਉਹਦੇ ਨਾਲ ਇਕੱਲੇ ਦੇ ਇਲਾਕੇ ਦੇ ਲੋਕ ਪਰੇਸ਼ਾਨ ਨਹੀਂ ਹੋਏ, ਅਸਟਾਮ ਵਾਲੇ ਵੀ ਪਰੇਸ਼ਾਨ ਹੋਏ ਆ, ਉੱਥੇ ਜਿੰਨੇ ਵਸੀਕੇ ਆ ਭਿੱਖੀਵੰਡ ਦੇ ਉਹ ਲੰਮੇ ਅੱਜ ਤੋਂ ਸਟਰੈਕ 'ਤੇ ਆ, ਉਹਨਾਂ ਦੀ ਵੀ ਇਹ ਮੰਗ ਆ ਕਿ ਜਿਹੜਾ ਕਰਪਟ ਤਹਿਸੀਲਦਾਰ ਆ ਸਰਦਾਰ ਲਖਵਿੰਦਰ ਸਿੰਘ ਇਹਦੀ ਇੱਥੇ ਟ੍ਰਾਂਸਫਰ ਨਾ ਹੋਵੇ। ਪਰ ਅਸੀਂ ਵੀ ਦਿਹਾਤੀ ਮਜ਼ਦੂਰ ਸਭਾ ਵੱਲੋਂ ਮੰਗ ਕਰਦੇ ਹਾਂ ਕਿ ਜੇ ਇਲਾਕੇ ਦੇ ਲੋਕ ਫਿਰ ਪਰੇਸ਼ਾਨ ਹੋਏ, ਜਿੱਥੇ ਅਸੀਂ ਡੀ ਸੀ ਤਰਨ ਤਾਰਨ ਤੋਂ ਮੰਗ ਕਰਦੇ ਹਾਂ, ਉੱਥੇ ਹਲਕੇ ਦੇ MLA ਸਰਦਾਰ ਸਰਵਿੰਦਰ ਸਿੰਘ ਧੁੰਨ ਤੋਂ ਵੀ ਮੰਗ ਕਰਦੇ ਹਾਂ ਕਿ ਜਿਹੜਾ ਲਖਵਿੰਦਰ ਸਿੰਘ ਦੀ ਤਹਿਸੀਲਦਾਰ ਦੀ ਪੋਸਟ ਭਿੱਖੀਵੰਡ ਕੀਤੀ ਇਹਦੀ ਇੱਥੇ ਪੋਸਟ ਨਾ ਕੀਤੀ ਜਾਵੇ, ਕਿਉਂਕਿ ਇੱਥੇ ਇਲਾਕਾ ਨਿਵਾਸੀਆਂ ਨੂੰ ਇਹਦੇ 'ਤੇ ਇਤਰਾਜ਼ ਆ। ਉੱਥੇ ਹੀ ਅਸਟਾਮ ਫਰੋਸ ਜਿਹੜੇ ਵਸੀਕਾ ਨਵੀਸ ਆ ਜਿਹੜੇ ਭਿੱਖੀਵੰਡ ਦੇ ਉਹ ਅੱਜ ਤੋਂ ਲੰਮੇ ਸਮੇਂ 'ਤੇ ਹੜਤਾਲ 'ਤੇ, ਉਹਨਾਂ ਦੀ ਵੀ ਮੰਗ ਆ ਕਿ ਜਿੰਨੀ ਦੇਰ ਇਹ ਤਹਿਸੀਲਦਾਰ ਦੀ ਬਦਲੀ ਭਿੱਖੀਵੰਡ ਤੋਂ ਨਾ ਰੋਕੀ ਗਈ ਤਾਂ ਅਸੀਂ ਉਹਨਾਂ ਵਸੀਕਾ ਨਵੀਸਾਂ ਨੂੰ ਵੀ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਭਿੱਖੀਵੰਡ ਦੇ ਵਸੀਕਾ ਨਵੀਸਾਂ ਨਾਲ ਅਸਟਾਮ ਫੋਰਸਾਂ ਦੇ ਨਾਲ ਲਗਾਤਾਰ ਉਹਨਾਂ ਦੇ ਮੋਢੇ ਦਾ ਮੋਢਾ ਜੋੜ ਕੇ ਲੜੂਗੀ ਜਿੰਨਾ ਦੇਰ ਇਸ ਉਹਦਾ ਜਿਹੜਾ ਕਰਪਟ ਤਹਿਸੀਲਦਾਰ ਲਖਵਿੰਦਰ ਸਿੰਘ ਉਹਦੀ ਬਦਲੀ ਨਹੀਂ ਕੀਤੀ ਜਾਂਦੀ। ਇਹ 4 ਦਿਨ ਹੋ ਗਏ ਨੇ, ਲੋਕ ਖੱਜਲ ਖਰਾਬ ਹੋ ਰਹੇ ਨੇ, ਅਰਜਿਸਟਰੀਆਂ ਨਹੀਂ ਹੋ ਰਹੀਆਂ, ਉਹਦੇ ਸੰਬੰਧੀ ਕੀ ਕਹਿਣਾ? ਇਹਦੇ ਸੰਬੰਧ 'ਚ ਅੱਜ ਅਸੀਂ ਜਥੇਬੰਦੀ ਦਾ ਡੈਪੂਟੇਸ਼ਨ DC ਨੂੰ ਵੀ ਮਿਲ ਰਿਹਾ, ਉਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਸਾਰਾ ਮਸਲਾ ਅਤੇ ਜਿੰਨੇ ਲੋਕ ਖੱਜਲ ਖੁਆਰ ਹੋ ਰਹੇ ਆ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਆ। ਮੈਂ ਫਿਰ ਜਿੱਥੇ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜਿਹੜੇ ਲਗਾਤਾਰ ਲੋਕਾਂ ਦੀ ਖੱਜਲ ਖੁਆਰੀ ਨੂੰ ਫੌਰੀ ਤੌਰ 'ਤੇ ਰੋਕਿਆ ਜਾਵੇ, ਜੇ ਸਾਡੀਆਂ ਮੰਗਾਂ ਵਾਲੇ ਇਲਾਕੇ ਦੇ ਲੋਕਾਂ ਦੀ ਮੰਗ ਵੱਲੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਜਿੱਦਾਂ ਦਾ ਐਕਸ਼ਨ ਭਿੱਖੀਵੰਡ ਦੇ ਵਸੀਕਾ ਨਵੀਸ ਕਰਨਗੇ, ਇੱਥੋਂ ਦੇ ਜਿੰਨੇ ਵੀ ਲੋਕ ਕਰਨਗੇ ਇਲਾਕਾ ਨਿਵਾਸੀ, ਸਾਡੀ ਜਥੇਬੰਦੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੂ।